ਵਿਜ਼ਨ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇਖ ਰਹੇ ਤੁਸੀਂ ਚਰਚਾ ਦਾ ਮੁੱਦਾ ਮੈਂ ਕੌਮਿਤਾ ਮਿੰਹਾ ਹਸਤੇ ਅੱਜ ਸਾਡੇ ਨਾਲ ਚਰਚਾ ਲਈ ਸਟੂਡੀਓ ਵਿੱਚ ਮੌਜੂਦ ਨੇ। ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ। ਇੰਦਰਪ੍ਰੀਤ ਜੀ ਸਵਾਗਤ ਹੈ। ਪੰਜਾਬ ਦੇ ਕੁਝ ਮਸਲਿਆਂ ਤੇ ਚਰਚਾ ਕਰ ਲੈਣੇ ਆ। ਸਭ ਤੋਂ ਪਹਿਲਾਂ ਤਾਂ ਅੱਜ ਸਭ ਤੋਂ ਵੱਡਾ ਜਿਹੜਾ ਮਸਲਾ ਇਹ ਹੈ ਕਿ ਪੰਜਾਬ ਤੇ ਦਿੱਲੀ ਦੇ ਵਿੱਚ ਜੋ ਐਮਓਯੂ ਸਾਈਨ ਹੋਇਆ ਹੈ। ਉਸ ਨੂੰ ਬਹੁਤ ਇਤਿਹਾਸਕ ਮੰਨਿਆ ਜਾ ਰਿਹਾ, ਮੰਨਿਆ ਜਾ ਰਿਹਾ ਕਿ ਉਸ ਨੂੰ ਪੰਜਾਬ ਦਾ ਬਹੁਤ ਫਾਇਦਾ ਹੋਏਗਾ ਪੰਜਾਬ ਨੂੰ ਉਸ ਚੀਜ਼ ਦਾ। ਪਰ ਕਿਤੇ ਨਾ ਕਿਤੇ ਵਿਰੋਧੀ ਧਿਰ ਉਸਤੇ ਸਵਾਲ ਚੁੱਕ ਰਹੀਆਂ ਨੇ ਸੋ ਅਸੀਂ ਚਾਹਾਂਗੇ ਕਿ ਉਸਦੇ ਹਰ ਪਹਿਲੂ ਤੇ ਤੁਸੀਂ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਕਿਸ ਤਰੀਕੇ ਨਾਲ ਪੰਜਾਬ ਨੂੰ ਫਾਇਦਾ ਹੋਏਗਾ ਤੇ ਕੀ ਉਸ ਦਾ ਕੋਈ ਨੁਕਸਾਨ ਵੀ ਹੋ ਸਕਦਾ ਜਿਸ ਤਰੀਕੇ ਨਾਲ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਨੇ ਅ ਦੇਖੋ ਫਸਟ ਟਾਈਮ ਹੀ ਹੋਇਆ ਹੈ ਕੋਈ ਇਸ ਕਿਸਮ ਦਾ ਕੋਈ ਦੋ ਸਟੇਟਾਂ ਨੇ ਕੋਈ 17 18 ਕਹਿ ਰਹੇ ਹੈ ਕਿ ਮਹਿਕਮਿਆਂ ਦੇ ਵਿੱਚ ਸਮਝੌਤੇ ਕਰਨੇ ਹਨ ਅਲੱਗ ਅਲੱਗ ਹੈ ਜਿਹੜੀਆਂ ਸਟੇਟਾਂ ਬਿਲਕੁਲ ਗੁਆਂਡਤ ਚ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੁਝ ਇਸ਼ੂਜ਼ ਨੂੰ ਲੈ ਕੇ ਹਮੇਸ਼ਾ ਟਕਰਾਓ ਰਹਿੰਦੇ ਆ ਜਿਵੇਂ ਸਾਡੇ ਹਰਿਆਣਾ ਨਾਲ ਹਰਿਆਣਾ ਦੇ ਨਾਲ ਹਰਿਆਣਾ ਨਾਲ ਹੋ ਸਕਦਾ ਹੈ ਹਿਮਾਚਲਿਆ ਜੰਮੂ ਕਸ਼ਮੀਰ ਨਾਲ ਹੋ ਸਕਦਾ ਹੈ ਪਰ ਉਹਦੇ ਵਿੱਚ ਉਹ ਅਗਰ ਸਮਝੌਤੇ ਕਰਦਿਆਂ ਨੇ ਉਹਨਾਂ ਇਸ਼ੂਜ਼ ਨੂੰ ਰਿਜ਼ੋਲਵ ਕਰਨ ਵਾਸਤੇ ਫਿਰ ਤਾਂ ਨੈਚੁਰਲੀ ਹੈ ਕਿ ਦੋਨੋਂ ਸਟੇਟਾਂ ਨੂੰ ਇਹਦਾ ਫਾਇਦਾ ਹੁੰਦਾ ਜਿਵੇਂ ਮੈਂ ਤੁਹਾਨੂੰ ਇੱਕ ਫੋਰ ਐਗਜ਼ਾਮਪਲ ਦੱਸਾਂ ਕਿ ਜਿਵੇਂ ਅਸੀਂ ਐਸਵਾਈਐਲ ਨਹਿਰ ਦੇ ਉੱਤੇ ਗੱਲ ਕਰਦੇ ਆ ਅੱਜ ਐਸਵਾਈਐਲ ਨਹਿਰ ਨੂੰ ਦੇ 1 ਐਮਐਫ ਪਾਣੀ ਦਾ ਮਸਲਾ ਹੈ ਸਿਰਫ 1 ਕਿਐਫ ਹਮ ਰਾਈਟ ਲੇਕਿਨ ਅਸੀਂ ਉਹਦੋਂ ਕਿਤੇ ਜ਼ਿਆਦਾ ਪਾਣੀ ਮਤਲਬ ਜਿਹੜਾ ਹੈਗਾ ਉਹ ਇੱਕ ਤਾਂ ਪਾਣੀ ਦੀ ਦੇ ਪ੍ਰਤੀ ਗੈਰ ਗੰਭੀਰਤਾ ਦਿਖਾਉਂਦੇ ਹੋਏ ਵੇਸਟ ਕਰੀ ਜਾ ਰਹੇ ਜਾਂ ਕਹ ਲਓ ਵੀ ਅਸੀਂ ਦੋਨੋਂ ਸਟੇਟਾਂ ਜਿਹੜੀਆਂ ਹੈਗੀਆਂ ਝੋਨੇ ਦੇ ਉੱਤੇ ਕੋਈ ਕੰਮ ਨਹੀਂ ਕਰ ਰਹੀਆਂ ਜਿਹੜੀਆਂ ਮੈਕਸਿਮਮ ਪਾਣੀ ਕੰਜ਼ਿਊਮ ਕਰਕੇ ਦੂਜਿਆਂ ਤੇ ਬਚਾਇਆ ਜਾ ਸਕਦਾ ਪਾਣੀ ਠੀਕ ਤੀਜਾ ਜਿੰਨੇ ਵਕੀਲਾਂ ਤੇ ਅਸੀਂ ਪੈਸਾ ਖਰਚ ਕਰਦੇ ਆ ਉਨਾ ਹੀ ਉਹ ਕਰ ਦਿੰਦੇ ਆ ਹਮ ਰਾਈਟ ਜਿਹੜੀ ਨਹਿਰ ਹੈਗੀ ਹੈ ਉਹ 36 ਸਾਲਾਂ ਤੋਂ ਅੱਜ ਦੀ ਵੀ ਉੱਥੇ ਦੀ ਉੱਥੇ ਹੀ ਹੈ ਹਮ ਉਹਨੇ ਕਿੰਨੀ ਲੈਂਡ ਬਰਬਾਦ ਕਰਤੀ ਹੈਨਾ ਕਿੰਨਾ ਪਾਣੀ ਡੀਪ ਚਲਾ ਗਿਆ ਜੇ ਕਿਤੇ ਨਲ ਚੱਲ ਰਹੀ ਹੁੰਦੀ ਤਾਂ ਮੇਬੀ ਸੀਪੇਸ ਕਰਕੇ ਹੀ ਥੋੜਾ ਬਹੁਤ ਪਾਣੀ ਉੱਪਰ ਆ ਜਾਂਦਾ ਪਾਣੀ ਦਾ ਪੱਧਰ ਉੱਚਾ ਰਹਿੰਦਾ ਠੀਕ ਹੈ ਲੇਕਿਨ ਉਹ ਉਹ ਵੀ ਨਹੀਂ ਹੋ ਸਕਿਆ ਸਾਡੇ ਤੋਂ ਅਸੀਂ ਪਾਣੀ ਨੂੰ ਸੰਭਾਲ ਵੀ ਨਹੀਂ پا ਰਹੇ ਤਾਂ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਹੈਗੇ ਆ ਜਿਸ ਤੇ ਐਮਓਯੂ ਕਰਨ ਦਾ ਕੋਈ ਫਾਇਦਾ ਹੋ ਸਕਦਾ ਸੀ ਤਾਂ ਉਹ ਅਗਰ ਕੋਈ ਇਦਾਂ ਦਾ ਰਹੇ ਤਾਂ ਮੈਨੂੰ ਲੱਗਦਾ ਵੀ ਫਿਰ ਤਾਂ ਕੋਈ ਮਾੜੀ ਗੱਲ ਨਹੀਂ ਜਿਸ ਤਰ੍ਹਾਂ ਹੁਣ ਰਹੇਗਾ ਕਿ ਅੱਗੇ ਪਰਾਲੀ ਆ ਰਹੀ ਹੈ ਹਨਾ ਅਕਤੂਬਰ ਦੇ ਵਿੱਚ ਪਰਾਲੀ ਜਲਾਣ ਦਾ ਹੋਏਗਾ ਔਰ ਸਭ ਤੋਂ ਜ਼ਿਆਦਾ ਉਹਦੇ ਵਿੱਚ ਉੱਥੇ ਨੁਕਸਾਨ ਹੁੰਦਾ ਦਿੱਲੀ ਦਿੱਲੀ ਵਾਲੇ ਸਾਨੂੰ ਕਹਿੰਦੇ ਕਿ ਜੀ ਪੰਜਾਬ ਵਾਲੇ ਪੰਜਾਬ ਕਰਕੇ ਸਾਰੇ ਹਰਿਆਣਾ ਵਾਲੇ ਪਰਾਲੀ ਸਾੜਦੇ ਆਲਦੋ ਕਿ ਜਿਹੜਾ ਉੱਥੇ ਪੋਲੂਸ਼ਨ ਦਾ ਜਿਹੜਾ ਉਹ ਨਿਕਲਦਾ ਉਹ ਸਾਰਾ ਚਾਰਜ ਤੋਂ ਲੈ ਕੇ 8% ਤੱਕ ਨਿਕਲਦਾ ਪ੍ਰਾਲੀ ਦਾ ਬਾਕੀ 92% ਤਾਂ ਤੁਹਾਡਾ ਬਿਲਕੁਲ ਅਲੱਗ ਹੈ ਪਰ ਉਹਨੂੰ ਲੈ ਕੇ ਵੀ ਮੀਟਿੰਗਸ ਲਗਾਤਾਰ ਹੋ ਰਹੀਆਂ ਨੇ ਡਬਲ ਬਰਨਿੰਗ ਤੇ ਵੀ ਅੱਜ ਵੀ ਦਿੱਲੀ ਦੇ ચીਫ ਮਿਨਿਸਟਰ ਤੇ ਪੰਜਾਬ ਦੇ ਪੰਜਾਬ ਦੇ ਸੀਮ ਮੀਟਿੰਗ ਹੈਗੀ ਹੈ ਠੀਕ ਹੈ ਉਸ ਤੋਂ ਇਲਾਵਾ ਮਤਲਬ ਕੱਲ ਵੀ ਹੈਲਥ ਔਰ ਤੁਸੀਂ ਦੇਖਿਆ ਐਜੂਕੇਸ਼ਨ ਨੂੰ ਲੈ ਕੇ ਮੀਟਿੰਗ ਸੀ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਇੰਟਰੈਕਸ਼ਨ ਹੋਏ ਕਿ ਜੀ ਅਗਰ ਦਿੱਲੀ ਮਨ ਲਓ ਹੈਲਥ ਦੇ ਉੱਤੇ ਜਾਂ এডਿਊਕੇਸ਼ਨ ਦੇ ਉੱਤੇ ਕੋਈ ਅੱਛਾ ਕੰਮ ਕਰ ਰਿਹਾ ਹੈ ਉਹ ਪੰਜਾਬ ਨੂੰ ਦੱਸ ਸਕੇ ਹੂੰ ਕਿ ਜੀ ਇਹ ਅੱਛੇ ਮਤਲਬ ਪ੍ਰੋਜੈਕਟਸ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਵੀ ਕੰਮ ਕਰ ਸਕਦੇ ਹੋ ਤਾਂ ਤਾਂ ਮੈਨੂੰ ਲੱਗਦਾ ਵੀ ਉਹਦਾ ਕੋਈ ਫਾਇਦਾ ਹੋਏਗਾ ਪਰ ਅਦਰਵਾਈਜ਼ ਅਗਰ ਸਿਰਫ ਨਿਗਾਹ ਜਿਹੜੀ ਹੈਗੀ ਆ ਉਹ ਹਿਮਾਚਲ ਔਰ ਗੁਜਰਾਤ ਦੀਆਂ ਇਲੈਕਸ਼ਨਾਂ ਦੇ ਉੱਤੇ ਹੈ ਫਿਰ ਮੈਨੂੰ ਲੱਗਦਾ ਵੀ ਇਹਦਾ ਕੋਈ ਬਹੁਤਾ ਮੈਨੂੰ ਤਾਂ ਕੋਈ ਫਾਇਦਾ ਨਜ਼ਰ ਨਹੀਂ ਆ ਇਹਦੇ ਵਿੱਚ ਇੱਕ ਪਹਿਲੂ ਇਹ ਵੀ ਜਿਹੜਾ ਵਿਰੋਧੀ ਧਿਰ ਕਹਿ ਰਹੇ ਆ ਨੇ ਕਿ ਜਦੋਂ ਹੁਣ ਹਾਲੀ ਦੇ ਵਿੱਚ ਪੰਜਾਬ ਦੇ ਅਫਸਰ ਜਦੋਂ ਦਿੱਲੀ ਗਏ ਤਾਂ ਉਸ ਉੱਤੇ ਸਵਾਲ ਚੁੱਕੇ ਗਏ ਕਿ ਕੀ ਹੁਣ ਕੇਜਰੀਵਲ ਪੰਜਾਬ ਦੇ ਅਫਸਰਾਂ ਨੂੰ ਚਲਾਉਣਗੇ ਜਾਂ ਜਦੋਂ ਦਿੱਲੀ ਤੋਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਪੰਜਾਬ ਨੂੰ ਤਾਂ ਸਵਾਲ ਚੁੱਕੇ ਜਾਂਦੇ ਸੀ ਤਾਂ ਮੰਨਿਆ ਜਾ ਰਿਹਾ ਵਿਰੋਧੀ ਧਿਰਾਂ ਵੱਲੋਂ ਕਿ ਹੁਣ ਅਰਵਿੰਦ ਕੇਜਰੀਵਾਲ ਜਾਂ ਦਿੱਲੀ ਨੂੰ ਪੰਜਾਬ ਨੂੰ ਚਲਾਉਣਾ ਕਿਤਨਾ ਕਿਤੇ ਆਸਾਨ ਹੋਏਗਾ ਇਹ ਕਹਿਣ ਦੇ ਮਤਲਬ ਹੈ ਕਿ ਹੁਣ ਇਹ ਵਿਭਾਗ ਜਿਹੜੇ ਤਾਲਮਿਲ ਕਰਨਗੇ ਠੀਕ ਹੈ ਗੱਲ ਤੁਹਾਡੀ ਮੈਨੂੰ ਇਹ ਲੱਗ ਰਿਹਾ ਕਿ ਇਹ ਪੋਲੀਟੀਕਲੀ ਜ਼ਿਆਦਾ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਵੀ ਜੇ ਤਾਂ ਬਿਲਕੁਲ ਅਡਜੋਇਨਿੰਗ ਸਟੇਟਸ ਹੋਣ ਫਿਰ ਤਾਂ ਸਾਡੇ ਕੁਝ ਇਸ਼ੂਜ਼ ਹੁੰਦੇ ਜਿਹੜੇ ਰਿਜ਼ੋਲਵ ਹੋ ਸਕਦੇ ਆ ਪਰ ਦਿੱਲੀ ਨਾਲ ਸਾਡਾ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਇੱਕ ਦੋ ਇਸ਼ੂਜ਼ ਹੁੰਦੇ ਆ ਸਾਡੇ ਦਿੱਲੀ ਨਾਲ ਇੱਕ ਪ੍ਰਾਲੀ ਵਾਲਾ ਇਸ਼ੂ ਹ ਪਾਣੀ ਦਾ ਹੈ ਐਸਓਆਈਐਲ ਦਾ ਥੋੜਾ ਪਾਣੀ ਪੀਣ ਦੇ ਪਰਪਸ ਨਾਲ ਉਹਨਾਂ ਨੂੰ ਮਿਲਦਾ ਚਲੋ ਉਹ ਲਗਾ ਲਓ ਉਹ ਤਾਂ ਵੈਸੇ ਵੀ ਮਿਲ ਰਿਹਾ ਉੰਜ ਵੀ ਉਹਦੇ ਚ ਕੋਈ ਕਮੀ ਨਹੀਂ ਆਈ ਹੋਣੀ ਤੀਸਰਾ ਇਸ਼ੂ ਹੁੰਦਾ ਹੈ ਜਿਹੜੀਆਂ ਸਾਡੀਆਂ ਬਸਾਂ ਜਾਂਦੀਆਂ ਉੱਤੇ ਉਹਨਾਂ ਨੂੰ 에어ਪੋਰਟ ਤੱਕ ਨਹੀਂ ਜਾਣ ਦਿੰਦੇ ਇੱਕ ਇਸ਼ੂ ਇਹ ਹੁੰਦਾ ਦੋ ਤਿੰਨ ਇਸ਼ੂਜ਼ ਨੇ ਜਿਹੜੇ ਸਾਡੇ ਨਾਲ ਉਹਨਾਂ ਨਾਲ ਡਾਇਰੈਕਟਲੀ ਲਿੰਕ ਹੁੰਦੇ ਆ ਉਹਦੇ ਵਿੱਚ ਮਤਲਬ ਉਹਦੇ ਲਈ ਤੁਸੀਂ ਕਹੋ ਵੀ ਅਸੀਂ 18 ਹੋਰ ਮਹਿਕਮਿਆਂ ਨਾਲ ਵੀ ਜੋੜ ਕੇ ਉਹਨੂੰ ਦੇਖ ਮਤਲਬ ਕਰਾਂਗੇ ਪਰ ਮੈਨੂੰ ਉਹ ਠੀਕ ਆਪੋਜੀਸ਼ਨ ਦਾ ਜਿਹੜਾ ਸਵਾਲ ਹੈਗਾ ਉਹ ਮੈਨੂੰ ਠੀਕ ਲੱਗ ਰਿਹਾ ਹੈ ਕਿ ਅਗਰ ਤੁਸੀਂ ਜਦੋਂ ਤਾਂ ਅਫਸਰ ਬੁਲਾਣੇ ਹੋ ਡਾਇਰੈਕਟਲੀ ਹਮ ਤਾਂ ਇੱਕ ਸਵਾਲ ਉੱਠ ਜਾਂਦੇ ਨੇ ਵੀ ਤੁਸੀਂ ਡਾਇਰੈਕਟਲੀ ਚਲੇ ਕਿਵੇਂ ਗਏ ਬਿਲਕੁਲ ਇਹ ਪ੍ਰੋਟੋਕੋਲ ਦੇ ਖਿਲਾਫ ਹੈ ਪਰ ਜਦੋਂ ਤੁਸੀਂ ਇਸ ਤਰ੍ਹਾਂ ਦਾ ਕੋਈ ਵਿਚਲਾ ਵੇਹ ਕੱਢ ਲੈਂਦੇ ਹੋ ਕਿ ਜੀ ਇਸ ਕਰਕੇ ਬੁਲਾਏ ਹੋਏ ਆ ਹੁਣ ਦਿੱਲੀ ਤੇ ਕਿ ਕਿਹਨਾਂ ਤਰ੍ਹਾਂ ਦੇ ਕਿਹਾ ਜਾਏਗਾ ਕਿ ਇੱਕ ਐਮਯੂ ਸਾਈਨ ਹੋਇਆ ਪਹਿਲਾਂ ਹੀ ਅਸੀਂ ਕਿਹਾ ਸੀ ਕਿ ਸਮਝੌਤਾ ਹੋਏਗਾ ਨੌਲੇਜ ਜਿਹੜੀ ਆ ਉਹ ਇੱਕ ਦੂਸਰੇ ਨਾਲ ਸਾਂਝੀ ਕੀਤੀ ਜਾਏਗੀ ਤਾਂ ਕੋਈ ਦਿੱਕਤ ਹੀ ਨਹੀਂ ਹੈ ਨੌਲੇਜ ਦੇਖੋ ਮੇਰੀ ਸੁਣੋ ਔਰਲੀ ਸਮਝੌਤਾ ਕਰਨ ਦੀ ਕੀ ਲੋੜ ਹੈ ਨੌਲੇਜ ਸ਼ੇਅਰਿੰਗ ਲਈ ਅਸੀਂ ਕਈ ਵਾਰ ਹਿਮਾਚਲ ਦੇ ਸਾਡੇ ਨਾਲ ਇਸ਼ੂਸ ਸੀਗੇ ਮਤਲਬ ਜਿਹੜੀ ਸਾਡੀ ਚੀਨੀ ਹੈ ਇੱਥੋਂ ਦੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਤੋਂ ਤੁਸੀਂ 1 ਰੁਪਿਆ ਸਸਤੀ ਲੈ ਸਕਦੇ ਹੋ ਤੁਹਾਨੂੰ ਟਰਾਂਸਪੋਰਟੇਸ਼ਨ ਕਾਸਟ ਘੱਟ ਪੈਗੀ ਸਾਡੀ ਕੋਆਪਰੇਸ਼ਨ ਮਿਲਾਂ ਦੀ ਜਿਹੜੀ ਕੋਆਪਰੇਟਿਵ ਮਿਲਾਂ ਦੀ ਚੀਨੀ ਹੈਗੀ ਆ ਤੁਸੀਂ ਲੈ ਲਿਆ ਕਰੋ ਜੀ ਤਾ ਬਜਾਏ ਕਿ ਤੁਸੀਂ ਤੋਂ ਇੰਨੀ ਦੂਰੋਂ ਹਰਿਆਣਾ ਤੋਂ ਲੈ ਕੇ ਆ ਰਹੇ ਹੋ ਜਾਂ ਇਹੀ ਅਸੀਂ ਜੰਮੂ ਕਸ਼ਮੀਰ ਨਾਲ ਕਰਦੇ ਹੈਗੇ ਆ ਨਾ ਤਾਂ ਉੱਥੇ ਤਾਂ ਇਸ ਚੀਜ਼ਾਂ ਸਮਝ ਆਉਂਦੀਆਂ ਹਨ ਉਹ ਤਾਂ ਵੈਸੇ ਵੀ ਚਲਦੀਆਂ ਨੇ ਤਾਂ ਨੋਲਜ ਸ਼ੇਅਰਿੰਗ ਦਾ ਮਤਲਬ ਉਹਦੇ ਚ ਕੋਈ ਐਦਾਂ ਦੀ ਹੈ ਨਹੀਂ ਵੀ ਕੀ ਹੁਣ ਕੋਈ ਏਜ ਐ ਸਿਸਟਮ ਹੈ ਜਿਹੜਾ ਤੁਹਾਨੂੰ ਬਾਹਰ ਕਰ ਰਿਹਾ ਹੈ ਵੀ ਨਹੀਂ ਤੁਸੀਂ ਸਟੇਟਾਂ ਕਿਸੇ ਦੂਜੀ ਸਟੇਟ ਨਾਲ ਗੱਲ ਨਹੀਂ ਕਰ ਸਕਦੀਆਂ ਇਸ ਦਾ ਤਾਂ ਕੋਈ ਬਾਹਰ ਹੈ ਨਹੀਂ ਹੈ ਮਤਲਬ ਤੁਸੀਂ ਜਿਹਦੇ ਮਰਜ਼ੀ ਨਾਲ ਗੱਲ ਕਰ ਲਓ ਉੱਤੇ ਚਲਦੇ ਆ ਬਹੁਤ ਲਾਸਟ ਟੂ ਲਾਸਟ ਇਅਰ ਮੈਨੂੰ ਯਾਦ ਹੈਗਾ ਕਿ ਪੰਜਾਬ ਦਾ ਕੋਆਪਰੇਟਿਵ ਵਿਭਾਗ ਯੂਪੀ ਦੇ ਸਾਰੇ ਉਹਨਾਂ ਨੂੰ ਦੇਖ ਕੇ ਆਇਆ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਯੂਪੀ ਕੋਆਪਰੇਸ਼ਨ ਚ ਜ਼ਿਆਦਾ ਅੱਛਾ ਕੰਮ ਕਰ ਰਿਹਾ ਹੈ ਪਰ ਉਹਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਨਹੀਂ ਅਸੀਂ ਉਹ ਤੋਂ ਕਿਤੇ ਬੈਟਰ ਕੰਮ ਕਰ ਰਹੇ ਹਾਂ ਫਿਰ ਉਹਨਾਂ ਨੂੰ ਅਸੀਂ ਇਨਵਾਈਟ ਕਰ ਲਿਆ ਇੱਥੇ ਕਿ ਹਾਂ ਤੁਸੀਂ ਇੱਥੇ ਆ ਕੇ ਤੇ ਮੈਨੂੰ ਲੱਗਦਾ ਕਿ ਬਾਹਰ ਤਾਂ ਪਹਿਲਾਂ ਹੀ ਨਹੀਂ ਹੈ ਤੁਸੀਂ ਕਿਸੇ ਵੀ ਸਟੇਟ ਦਾ ਕੋਈ ਵੀ ਚੀਜ਼ ਦੇਖਣੀ ਚਾਹੋ ਤਾਂ ਜਾ ਸਕਦੇ ਹੋ ਉੱਤੇ ਦੇਖ ਲਓ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਨਹੀਂ ਇਹਦੇ ਚ ਅਸੀਂ ਜਿਆਦਾ ਬੈਟਰ ਕਰ ਰਹੇ ਹਾਂ ਤਾਂ ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਜੀ ਅਸੀਂ ਬੈਟਰ ਕਰਿਆ ਤੁਸੀਂ ਸਾਡੇ ਆਪਣੀ ਟੀਮ ਭੇਜੋ ਤਾਂ ਉਹ ਵੀ ਭੇਜ ਸਕਦੇ ਆ ਮੈਨੂੰ ਇਹ ਲੱਗਦਾ ਵੀ ਇਹ ਸਮਝੌਤੇ ਵਾਕਈ ਜਿਹੜੀ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਦਿੱਲੀ ਕਮਾਂਡ ਕਰੇਗੀ ਪੰਜਾਬ ਦੇ ਉੱਤੇ ਉਹੀ ਚੀਜ਼ ਉਸ ਤੋਂ ਜਿਆਦਾ ਕੁਝ ਨਹੀਂ ਹੈ ਉਹਦਾ ਕੋਈ ਮਿਡਵੇਅ ਲੱਭਿਆ ਜਾ ਰਿਹਾ ਹੈ ਬੀ ਆਰ ਜੇ ਡਾਇਰੈਕਟਰ ਅਸੀਂ ਸਵਾਲ ਜਿਹੜੇ ਚੱਕੇ ਜਾ ਰਹੇ ਸੀ ਕਿਤੇ ਨਾ ਕਿਤੇ ਉਹਨਾਂ ਦਾ ਜਵਾਬ ਦਿੱਤਾ ਜਾ ਕਿਉਂਕਿ ਪਹਿਲਾਂ ਜਵਾਬ ਨਹੀਂ ਹੁੰਦਾ ਸੀ ਉਹਨਾਂ ਚੀਜ਼ਾਂ ਅੱਜ ਹੁਣ ਤੁਹਾਡੇ ਕੋਲ ਕੱਲ ਨੂੰ ਜੋ ਚੀਜ਼ ਸੈਕਟਰੀ ਨੂੰ ਬੁਲਾਣਗੇ ਤਾਂ ਕਹਿ ਦੇਣਗੇ ਵੀ ਅਸੀਂ ਇਸ ਸਮਝੋਤੇ ਤਾਈਂ ਬੁਲਾਇਆ ਹੋਇਆ ਸਾਡੇ 18 ਵਿਭਾਗਾਂ ਦੇ ਜਿਹੜੇ ਉਹ ਹੈਗੇ ਆ ਅਸੀਂ ਉਹਨਾਂ ਨਾਲ ਕੀਤਾ ਹੋਇਆ ਵੀ 18 ਵਿਭਾਗ ਇੱਕ ਦੂਜੇ ਨਾਲ ਕੰਮ ਕਰਨਗੇ ਤਾਂ ਉਹਦੇ ਵਿੱਚ ਚੀਫ ਸੈਕਟਰੀ ਦੀ ਇਨਵੋਲਵਮੈਂਟ ਜ਼ਰੂਰੀ ਹੈ ਤਾਂ ਬੁਲਾ ਤੁਸੀਂ ਲੋ ਉਸ ਤੋਂ ਬਾਅਦ ਕਰੋ ਕੋ ਉਹ ਤੁਸੀਂ ਜੋ ਮਰਜ਼ੀ ਉੱਥੇ ਤੁਸੀਂ ਫਿਰ ਥੋੜਾ ਕੋਈ ਉਹ ਨੂੰ ਦੇਣਾ ਹੈ ਫਿਰ ਤੁਹਾਨੂੰ ਜੀ ਇਹ ਕਹਿਣ ਜੋ ਗੀ ਨਹੀਂ ਹੁੰਦੇ ਪਹਿਲਾਂ ਵੀ ਇਦਾਂ ਹੁੰਦਾ ਰਿਹਾ ਹੈ ਇਸ ਤਰ੍ਹਾਂ ਨਹੀਂ ਹੁੰਦਾ ਕਿ ਪਹਿਲਾਂ ਵੀ ਅਫਸਰ ਇੱਕ ਦੂਜੇ ਕੋਲ ਨਹੀਂ ਜਾਂਦੇ ਉਹ ਜਾਂਦੇ ਸੀ ਕੋਈ ਕੈਬਨਟ ਮੀਟ ਫੈਕਟਰੀ ਨੂੰ ਮਿਲਣ ਦੇ ਬਾਣੇ ਚਲਾ ਗਿਆ ਕੋਈ ਜਿਹੜਾ ਹੈਗੇ ਐਡਵੋਕੇਟ ਜਨਰਲ ਨੂੰ ਮਿਲਣ ਦੇ ਬਾਣੇ ਉਸ ਲਿਸਟਰ ਜਨਰਲ ਨੂੰ ਮਿਲਣ ਦੇ ਬਾਣੇ ਚਲੇ ਗਏ ਕਿ ਜੀ ਸਾਡੇ ਆਈਸ਼ੂਸ ਲੱਗਿਆ ਮੀਟਿੰਗ ਹੋ ਤੈ ਕਰਾ ਲੈਂਦੇ ਸੀ ਫਿਰ ਉਸ ਤੋਂ ਬਾਅਦ ਅੱਧਾ ਘੰਟਾ ਘੰਟਾ ਦੀ ਮੀਟਿੰਗ ਕਰਕੇ ਫਿਰ ਉਹ ਜਿੱਥੇ ਮਰਜ਼ੀ ਤੁਸੀਂ ਘੁੰਮੀ ਜਾਓ ਜੈ ਕੇਜਰੀ ਵੱਲੋਂ ਮਿਲਿਆ ਉਹ ਤੇ ਨਰਿੰਦਰ ਮੋਦੀ ਨੂੰ ਮਿਲਿਆ ਉਹ ਜਾਂ ਕਿਸੇ ਨੂੰ ਮਿਲਿਆ ਉਹ ਤਾਂ ਉਹ ਚੀਜ਼ਾਂ ਚੱਲ ਜਾਂਦੀਆਂ ਸੀ ਲੇਕਿਨ ਜਦੋਂ ਤੋਂ ਇਹ ਸਰਕਾਰ ਬਣੀ ਆ ਔਰ ਇਹਨਾਂ ਨੇ ਡਾਇਰੈਕਟਲੀ ਬੁਲਾਉਣਾ ਸ਼ੁਰੂ ਕਰਤਾ ਉਦੋਂ ਤੋਂ ਸਵਾਲ ਉੱਠਣੇ ਸ਼ੁਰੂ ਹੋਏ ਆ ਵੀ ਤੁਸੀਂ ਪੰਜਾਬ ਦੇ ਉਤਰਾਂ ਨੂੰ ਡਾਇਰੈਕਟਲੀ ਕਿਸ ਕਪੈਸਿਟੀ ਚ ਬੁਲਾ ਰਹੇ ਹੋ ਤਾਂ ਉਹ ਜਿਹੜੀ ਚੀਜ਼ਾਂ ਹੈਗੀਆਂ ਨੇ ਮੈਨੂੰ ਲੱਗਦਾ ਵੀ ਉਹਦੇ ਤੇ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਸੀ ਖਿਲਾਫ ਉਸ ਆਵਾਜ਼ਾਂ ਨੂੰ ਦਬਾਉਣ ਲਈ ਇਹ ਇੱਕ ਮਿਡਵੇਜ ਆ ਜਿਹੜਾ ਹੈਗਾ ਉਹ ਕੱਢ ਲਿਆ ਬਿਲਕੁਲ ਇਹ ਹੀ ਖਚੜਿਆ ਵਿਰੋਧੀ ਧਿਰਾਂ ਵੱਲੋਂ ਵੀ ਜਿਹੜਾ ਮੰਨਿਆ ਜਾ ਰਿਹਾ ਕਿਉਂਕਿ ਹਾਲੀ ਦੇ ਵਿੱਚ ਜਿਵੇਂ ਸਪਹਿਲਾ ਵੀ ਕਿਹਾ ਕਿ ਪਹਿਲਾਂ ਅਜਿਹਾ ਹੁੰਦਾ ਸੀ ਤਾਂ ਸਵਾਲ ਚੁੱਕੇ ਜਾਂਦੇ ਸੀ ਸੋ ਹੁਣ ਲੱਗਦਾ ਹੈ ਕਿ ਜਦੋਂ ਜਵਾਬ ਜਿਹੜਾ ਲਾਸਟ ਟਾਈਮ ਜੋ ਜਵਾਬ ਦਿੱਤਾ ਗਿਆ ਸੀਗਾ ਭਗਵੰਤ ਮਾਨ ਵੱਲੋਂ ਕਿ ਹਾਂ ਮੈਂ ਭੇਜੇ ਨੇ ਹਾਲਾਂਕਿ ਉਹਨਾਂ ਨੇ ਬਹੁਤ ਕੌਨਫੀਡੈਂਸ ਨਾਲ ਇਹ ਚੀਜ਼ ਕਹੀ ਸੀ ਕਿ ਮੈਂ ਭੇਜੇ ਸੀ ਮੇਰੇ ਧਿਆਨ ਵਿੱਚ ਸੀਗਾ ਪਰ ਲੋਕ ਉਸ ਤੋਂ ਕਿਤੇ ਨਾ ਕਿਤੇ ਸੰਤੁਸ਼ਟ ਨਹੀਂ ਸੀ ਸੋ ਆਕੇ ਹੋ ਸਕਦਾ ਹੈ ਕਿ ਇੱਕ ਮਿਡਵੇ ਜਿਹੜਾ ਉਹ ਕੱਢਿਆ ਗਿਆ ਹੋਵੇ ਬਿਲਕੁਲ ਬਿਲਕੁਲ ਇਹ ਦੇਖਣਾ ਹੋਏਗਾ ਕਿ ਇਹ ਜਿਹੜਾ ਸਮਝੌਤਾ ਕਿਹਾ ਜਾ ਰਿਹਾ ਕਿ ਥੋੜਾ ਸਮਾਂ ਹੋਰ ਪੈਂਣ ਤੋਂ ਬਾਅਦ ਪਤਾ ਚੱਲੇਗਾ ਕਿ ਵਾਕਈ ਪੰਜਾਬ ਦੇ ਲਈ ਫਾਇਦਾ ਹੋਏਗਾ ਜਾਂ ਫਿਰ ਕੋਈ ਬਹੁਤਾ ਫਾਇਦਾ ਹੋਏਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸਾਡੇ ਉਧਰ ਨਾਲ ਕੋਈ ਬਹੁਤੇ ਡਾਇਰੈਕਟ ਇਸ਼ੂਜ਼ ਹੈ ਨਹੀਂ ਹੈ ਇੱਕ ਦੋ ਇਸ਼ੂਜ਼ ਨੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹਾਂ ਅਗਰ ਅੱਜ ਉਹ ਰਿਜ਼ੋਲਵ ਹੋ ਜਾਂਦਾ ਕਿ ਵੀ ਸਾਡੀਆਂ ਜਿਹੜੀਆਂ ਵੋਲੋ ਬਸਾਂ ਨੇ ਉਸਿੱਦੀਆਂ ਡਾਇਰੈਕਟ 에ਰਪੋਰਟ ਤੱਕ ਚਲੀਆਂ ਜਾਣ ਜਿਹੜਾ ਇੰਟਰਨੈਸ਼ਨਲ 에ਰਪੋਰਟ ਹੈ ਕਿਉਂਕਿ ਮੈਕਸਿਮਮ ਪੰਜਾਬ ਦੇ ਲੋਕ ਜਿਹੜੇ ਐ ਜਾਂ ਤਾਂ ਉੱਥੇ ਜਾਂਦੇ ਐ ਜਾਂ ਉਧਰੋਂ ਵਾਪਸ ਆਉਂਦੇ ਐ ਅਗਰ ਉਹਨਾਂ ਨੂੰ ਇਹ ਸੁਵਿਧਾ ਮਿਲ ਜੇ ਔਰ ਸਾਡੀਆਂ ਗਵਰਨਮੈਂਟ ਦੀਆਂ ਬਸਾਂ ਉੱਥੇ ਚਲੀਆਂ ਜਾਇਆ ਕਰਨ ਤਾਂ ਮੈਨੂੰ ਲੱਗਦਾ ਕਿ ਗਵਰਨਮੈਂਟ ਦੀ ਜਿਹੜੀ ਟਰਾਂਸਪੋਰਟ ਹੈਗੀ ਹੈ ਉਹਨੂੰ ਉਹਦਾ ਬਲ ਮਿਲੇਗਾ ਉਹ ਤਾਂ ਇੱਕ ਇਸ਼ੂ ਹੈ ਉਹਨਾਂ ਨਾਲ ਉਹ ਲੇਕਿਨ ਟੋਟਲੀ ਐਡਮਿਨਿਸਟ੍ਰੇਟਿਵ ਇਸ਼ੂ ਹੈ ਉਹ ਤਾਂ ਐਡਮਿਨਿਸਟ੍ਰੇਸ਼ਨ ਹੁਣ ਤੁਸੀਂ ਬੈਠ ਜੋ ਦੋ ਸੈਕਟਰੀ ਬੈਠ ਜਾਣ ਆਪਸ ਵਿੱਚ ਔਰ ਦੋਨੋਂ ਟਰਾਂਸਪੋਰਟ ਮੰਤਰੀ ਬੈਠ ਜਾਣ ਆਪਸ ਵਿੱਚ ਤਾਂ ਉਹ ਰਿਸੋਲਵ ਹੋ ਜਾਏਗਾ ਉਹ ਤਾਂ ਕੋਈ ਐਡੀ ਐਲਵਿਨ ਕੇਜਲੀਵਾਲ ਉਹਨਾਂ ਦਾ ਇਹ ਕਹਿਣਾ ਹੈ ਕਿ ਦਿੱਲੀ ਨੇ ਬਹੁਤ ਕੁਝ ਵਧੀਆ ਕੀਤਾ ਹੈ ਚਾਹੇ ਹੈਲਥ ਸਿਸਟਮ ਦੀ ਗੱਲ ਕਰੀਏ ਜਾਂ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਉਹ ਕਹਿੰਦੇ ਕਿ ਦਿੱਲੀ ਨੇ ਜਿੰਨਾ-ਜਿੰਨਾ ਡਿਪਾਰਟਮੈਂਟ ਵਿੱਚ ਬਹੁਤ ਅੱਛਾ ਕੀਤਾ ਹੈ ਅਸੀਂ ਉਹ ਪੰਜਾਬ ਦੇ ਵਿਭਾਗਾਂ ਨੂੰ ਉਹ ਸਿਖਾਵਾਂਗੇ ਤਾਂ ਉਹ ਪੰਜਾਬ ਵਿੱਚ ਅਪਲਾਈ ਕੀਤਾ ਜਾਊਗਾ ਨਹੀਂ ਨਹੀਂ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਡਿਪਾਰਟਮੈਂਟ ਨੂੰ ਸਿਖਾਵਾਂਗੇ ਪਰ ਉਹਦੇ ਲਈ ਐਮਓਯੂ ਸਾਈਨ ਕਰਨ ਦੀ ਕੀ ਮਤਲਬ ਹੈ ਐਮਓਯੂ ਦਾ ਕੀ ਮਤਲਬ ਹੈ ਇਹ ਚੀਜ਼ਾਂ ਨਹੀਂ ਹਜੇ ਤੱਕ ਸਮਝ ਆ ਰਹੀਆਂ ਸਪੋਜ਼ ਸਾਡਾ ਅਸੀਂ ਕਿਸੇ ਉਹਦਾ ਮਾਡਲ ਦੇਖਣ ਜਾ ਰਹੇ ਹਾਂ ਕਿਸੇ ਸਟੇਟ ਦਾ ਕੁਝ ਵੀ ਅੱਛਾ ਮਾਡਲ ਦੇਖੋ ਕੇਰਲ ਤੋਂ ਵਧੀਆ ਹੈਲਥ ਮਾਡਲ ਕਿਸੇ ਕੋਲੇ ਨਹੀਂ ਹੈ ਅੱਜ ਵੀ 99.9% ਜਿਹੜੀ ਮਤਲਬ ਡਿਲੀਵਰੀਜ਼ ਨੇ ਉਹ ਸਰਕਾਰੀ ਹਸਪਤਾਲਾਂ 'ਚ ਹੁੰਦੀਆਂ ਉਥੇ ਤੁਸੀਂ ਦੇਖੋ ਨਾ ਇੱਥੇ ਤਾਂ ਕੋਈ ਸਰਕਾਰੀ ਹਸਪਤਾਲ ਜੀ ਨਹੀਂ ਕਰ ਰਿਹਾ ਨਾ ਤਾਂ ਤੁਹਾਡੇ ਉਹੀ 40s ਅਪੋਲੋ ਟਾਈਪ ਦੇ ਜਿਹੜੇ ਵੱਡੇ ਹਸਪਤਾਲ ਨੇ ਤੁਸੀਂ ਉਹਨਾਂ 'ਚ ਹੀ ਕਰਾ ਰਹੇ ਹੋ ਲੋਕ ਵੀ ਉਧਰ ਹੀ ਜਾ ਰਹੇ ਨੇ ਪਰ ਉਹ ਕੇਰਲ ਨੇ ਪੂਰੇ ਐਨਟਾਇਰ ਸਟੇਟ ਚ ਕੀਤਾ ਦਿੱਲੀ ਜਸਟ ਇੱਕ ਸਿਟੀ ਹੈ ਜੀ ਠੀਕ ਹੈ ਕਿ ਉਹ ਸਿਟੀ ਬੜਾ ਹੈ ਲੇਕਿਨ ਹੈ ਤਾਂ ਸਿਟੀ ਹੋਈ ਨਾ ਤਾਂ ਉੱਥੇ ਦੇ ਮਾਡਲ ਤੇ ਕਿਸੇ ਇੱਕ ਸਟੇਟ ਦੇ ਮਾਡਲ ਚ ਬਹੁਤ ਫਰਕ ਹੁੰਦਾ ਹੁੰਦਾ ਹੈ ਸਟੇਟ ਦੇ ਵਿੱਚ ਮਤਲਬ ਇੱਕ ਮਤਲਬ ਤੁਸੀਂ ਕਹੋ ਕਿ ਵੀ ਪੂਰੀ ਐਨਟਾਇਰ ਸਟੇਟ ਨੂੰ ਅਸੀਂ ਇਦਾਂ ਦਾ ਕਰਤਾ ਜਿਵੇਂ ਕਿ ਸਾਰੇ ਮਰੀਜ਼ ਜਿੰਨਿਆਂ ਗਵਰਨਮੈਂਟ ਹਸਪੀਟਲਾਂ ਚ ਜਾ ਰਹੇ ਆ ਉਹ ਕੇਰਲ ਨੇ ਸਾਬਿਤ ਕੀਤਾ ਹੋਇਆ ਹੈ ਤਾਂ ਪੰਜਾਬ ਵਰ ਵਾਲੇ ਕਈ ਵਾਰੀ ਮਤਲਬ ਗਏ ਆ ਉੱਥੇ ਦੇਖਣ ਇਸ ਤਰ੍ਹਾਂ ਦਾ ਆਵਕਾਰੀ ਨੀਤੀ ਨੂੰ ਲੈ ਕੇ ਪੰਜਾਬ ਦੇ ਫਾਈਨਾਂਸ ਮਿਨਿਸਟਰ West Bengal ਗਏ ਉੱਥੇ ਉਹਨਾਂ ਨੇ ਪੂਰਾ ਮਾਡਲ ਸਟੱਡੀ ਕੀਤਾ ਸਮਝਿਆ ਉਹਨੂੰ ਇੱਥੇ ਲਾਗੂ ਕਰਨ ਦੀ ਗੱਲ ਕੀਤੀ ਤਾਮਨ ਲਾਡੂ ਗਏ ਤਾਮਨ ਲਾਡੂ ਦੇ ਮਾਡਲ ਨੂੰ ਸਮਝਿਆ ਲਾਗੂ ਕਰਨ ਦੀ ਗੱਲ ਕੀਤੀ Rajasthan ਦੇ ਮਾਡਲ ਦੇ ਤੇ ਜਾਣ ਚ ਤਾਂ ਪਹਿਲਾਂ ਵੀ ਕੋਈ ਹਰਜ ਨਹੀਂ ਔਰ ਉਹ ਜਾਂਦੇ ਹੀ ਨਹੀਂ ਪਰ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਤੁਸੀਂ ਉਹਦੇ ਵਿੱਚ ਇਹਨੂੰ ਕਿਉਂ ਸ਼ਾਮਿਲ ਕਰ ਰਹੇ ਹਾਂ ਕਿ ਇਹ ਜਿਹੜੀ ਐਮਓਯੂ ਹੈ ਇਹਦੇ ਰਾਹੀਂ ਇਹ ਚੀਜ਼ਾਂ ਹੱਲ ਹੋਣਗੀਆਂ ਮੈਨੂੰ ਲੱਗਦਾ ਵੀ ਇਹ ਥੋੜਾ ਜਿਹਾ ਕਿਤੇ ਨਾ ਕਿਤੇ ਪੋਲਿਟੀਕਲੀ ਉਹ ਜ਼ਿਆਦਾ ਲੱਗ ਰਿਹਾ ਮੈਨੂੰ ਇਹਦੇ ਵਿੱਚ ਐਡਮਿਨਿਸਟ੍ਰੇਟਿਵ ਵਾਲਾ ਤਾਂ ਕੋਈ ਹਾਰਡਲਸ ਤਾਂ ਹੈ ਨਹੀਂ ਸੀ ਜਿਹਨੂੰ ਰਿਜ਼ੋਲਵ ਕਰਨ ਲਈ 18 ਮਹਿਕਮਿਆਂ ਦੇ ਸਮਝੌਤੇ ਕਰਾਏ ਹੈਗੇ ਆ ਬਿਲਕੁਲ ਇਹਦੇ ਬ੍ਰੀਚ ਜੀ ਮਸਲੇ ਕੁਝ ਹੋਰ ਵੀ ਹੈਗੇ ਪੰਜਾਬ ਦੇ ਜਿਨ੍ਹਾਂ ਤੇ ਵਿਚਾਰ-ਚਰਚਾ ਕਰਾਂਗੇ ਪਰ ਇੱਥੇ ਰੁਕ ਰਹੇ ਆ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਮੁੜਾ ਹਟ ਰੋਣੇ ਆ ਸਾਭ ਜੀ ਦੇਖ ਕੋਲ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇਖ ਰਹੇ ਤੁਸੀਂ ਚਰਚਾ ਦਾ ਮੁੱਦਾ ਤੇ ਚਰਚਾ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਜੀ ਇੰਦਰਪ੍ਰੀਤ ਜੀ ਸੁਨੀਲ ਕੁਮਾਰ ਜਾਖੜ ਕਿਸੇ ਵੇਲੇ ਹਾਈ ਕਮਾਂਡ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਨੇ ਰਾਹੁਲ ਗਾਂਧੀ ਦੇ ਵੀ ਨਜ਼ਦੀਕ ਮੰਨੇ ਜਾਂਦੇ ਸੀ ਅੱਜ ਕੱਲ ਉਹਨਾਂ ਨੂੰ ਲੈ ਕੇ ਕਾਂਗਰਸ ਵਿੱਚ ਕਾਫੀ ਵਿਵਾਦ ਚੱਲ ਰਿਹਾ ਸੋ ਅਨੁਸ਼ਾਸਨੀ ਕਮੇਟੀ ਨੇ ਹੁਣ ਤਾਂ ਫੈਸਲਾ ਸੁਣਾਤਾ ਆਪਣਾ ਉਹਨਾਂ ਨੇ ਕਹਿ ਲਿਆ ਕਿ ਸੁਝਾਅ ਦਿੱਤਾ ਹੈ ਕਿ ਉਹਨਾਂ ਨੂੰ 2 ਸਾਲ ਲਈ ਜਿਹੜਾ ਉਹ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਵੇ ਕਿਵੇਂ ਦੇਖਦੇ ਹੋਸ ਪੂਰੇ ਮਸਲੇ ਨੂੰ ਐਕਚੁਅਲੀ ਕਾਂਗਰਸ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਇਹ ਹੈਗੀ ਹੈ ਕਿ ਉਹ ਨਾ ਜਿਹਨੂੰ ਕਹਿੰਦੇ ਹੈਗੇ ਆ ਕਿ ਸੰਚਾਰ ਨਹੀਂ ਮਤਲਬ ਹੋ ਰਿਹਾ ਕਮਿਊਨੀਕੇਸ਼ਨ ਇੱਕ ਦੂਸਰੇ ਨਾਲ ਮਿਲ ਕੇ ਨਹੀਂ ਚੱਲ ਪਾ ਰਿਹਾ ਗੈਪਸ ਬਹੁਤ ਨੇ ਉਹਦੇ ਨਾਲ ਕੀ ਹੋ ਰਿਹਾ ਕਿ ਜਿੰਨੀ ਵੀ ਜੇ ਤੁਸੀਂ ਆਪਾਂ ਇਹ ਕਲ ਕਰਦੇ ਆ ਗਿਆ ਕਿ ਕੋਈ ਬੰਦਾ ਇੱਕ ਗੱਲ ਵੀ ਹਟ ਕੇ ਕਹ ਦੇ ਤਾਂ ਉਹਨੂੰ ਐਂ ਦੇਖਿਆ ਜਾਂਦਾ ਵੀ ਇਹ ਪਾਰਟੀ ਵਿਰੋਧੀ ਲਾਈਨ ਹੈ ਜਦ ਕੀ ਕੋਈ ਪਾਰਟੀ ਵਿਰੋਧ ਉਰਜਾਖੜ ਵਰਗੇ ਬੰਦੇ ਤੋਂ ਇਹ ਆਸ ਕਰਨਾ ਕਿ ਉਹ ਪਾਰਟੀ ਵਿਰੋਧੀ ਗਤੀਵਿਧੀ ਕਰਨਾ ਇਹ ਤਾਂ ਸੰਭਵ ਹੀ ਨਹੀਂ ਹੈ ਨਾ ਜਦ ਕੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਬਹੁਤ ਵਾਰੀ ਇਹ ਗਲਤੀ ਆਫਰ ਰਹੀ ਹੈ ਕਿ ਤੁਸੀਂ ਕਦੀ ਭਾਜੀਪੀ ਵੱਲੋਂ ਕਦੀ ਆਮ ਆਦਮੀ ਪਾਰਟੀ ਵੱਲੋਂ ਕਿ ਉਹ ਉਹਨਾਂ ਚ ਸ਼ਾਮਲ ਹੋ ਜਾਣ ਪਰ ਕਿਉਂਕਿ ਉਹਨਾਂ ਦੀ ਕਾਂਗਰਸ ਨਾਲ ਜਿਹੜੀ ਬਾਉਂਡਿੰਗ ਹੈ ਉਹ ਇੰਨੀ ਲੰਬੀ ਹੈ ਔਰ ਇੰਨੀ ਜ਼ਿਆਦਾ ਹੈ ਇੰਨੀ ਗਹਿਰੀ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਘਰ ਬੈਠਣਾ ਜਿਆਦਾ ਠੀਕ ਸਮਝਿਆ ਬਸ਼ਰਤੇ ਕਿ ਉਹ ਪਾਰ ਕਿਸੇ ਕਾਂਗਰਸ ਛੱਡ ਕੇ ਕਿਸੇ ਹੋਰ ਪਾਰਟੀ ਜਾਣ ਇਹ ਗੱਲਾਂ ਹਜੇ ਤੱਕ ਨਹੀਂ ਰਹੀਆਂ ਸੀਗਾ ਲਗਾਤਾਰ ਜਦੋਂ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਵੀ ਉਹ ਹਾਈ ਕਮਾਂਡ ਦੇ ਕਾਫੀ ਨੇੜੇ ਰਹਿੰਦੇ ਤਾਂ ਹੁਣ ਵੀ ਨੇੜੇ ਹੀ ਨੇ ਮਤਲਬ ਉਹਨਾਂ 'ਚ ਕੋਈ ਇਹ ਨਹੀਂ ਲੇਕਿਨ ਹੁੰਦਾ ਕੀ ਹੈ ਕਿ ਕਈ ਵਾਰੀ ਮਤਲਬ ਤੁਸੀਂ ਇਸ ਤਰ੍ਹਾਂ ਦੀਆਂ ਥੱਲੇ ਜਿਹੜਾ ਥੱਲੇ ਵਾਲਾ ਤੋਂ ਦਾ ਪੂਰਾ ਸਿਸਟਮ ਹੈ ਉਹ ਇਹ ਜਾਂ ਜਾਲ ਬੁਣ ਦਿੰਦਾ ਹੈ ਕਿ ਪਾਰਟੀ ਹਾਈ ਕਮਾਂਡ ਵੀ ਫਿਰ ਉਹ ਮੁੱਦੇ ਨੂੰ ਇਸ ਤਰੀਕੇ ਨਾਲ ਦਿਖਾ ਦਿੱਤਾ ਜਾਂਦਾ ਹੈ ਕਿ ਬਹੁਤ ਵੱਡਾ ਮੁੱਦਾ ਹੈ ਬਿਲਕੁਲ ਉਹ ਉਹ ਉਹੀ ਇਸ਼ੂ ਇੱਥੇ ਹੈ ਮੈਨੂੰ ਲੱਗਦਾ ਕਿ ਕੋਈ ਜ਼ਿਆਦਾ ਵੱਡਾ ਇਸ਼ੂ ਨਹੀਂ ਸੀਗਾ ਜਿਸ ਗੱਲ ਨੂੰ ਲੈ ਕੇ ਕਿਹਾ ਗਿਆ ਕਿ ਉਹ ਐਸਆ ਨੂੰ ਉਹਨੇ ਮਤਲਬ ਬੁਰਾ ਪੜਾ ਕਿਹਾ ਉਹ ਟੋਟਲ ਇੱਕ ਕਹਾਵਤ ਉਹਨਾਂ ਨੇ ਯੂਜ਼ ਕੀਤੀ ਹੈ ਕਿਸੇ ਪਾਰਟਿਕੂਲਰ ਬੰਦੇ ਦਾ ਨਾਂ ਨਹੀਂ ਲਿਆ ਕੋਈ ਕੁਝ ਨਹੀਂ ਜਾਂ ਜਾਕਰ ਸਾਹਿਬ ਜੀ ਸ਼ੁਰੂ ਤੋਂ ਹੀ ਆਦਤ ਹੈ ਉਫ ਪਰਸਨਲ ਨਹੀਂ ਹੁੰਦੇ ਬਿਲਕੁਲ ਬੋਲਣ ਲੱਗਿਆ ਬਹੁਤ ਸੋਚਦੇ ਨੇ ਤੇ ਇਸ ਲਈ ਮੈਨੂੰ ਲੱਗਦਾ ਕਿ ਉਹ ਜਾਣੇ ਵੀ ਜਾਂਦੇ ਨੇ ਕਿ ਇੱਕਦਮ ਕਿਉਂਕਿ ਜਦੋਂ ਉਹਨਾਂ ਤੋਂ ਹਾਲਾਂਕਿ ਜਦੋਂ ਦੇਖਿਆ ਜਾਵੇ ਜਦੋਂ ਪ੍ਰਧਾਨਗੀ ਉਹਨਾਂ ਤੋਂ ਲਈ ਗਈ ਤੇ ਜੋ ਸੰਸਦ ਨੂੰ ਦਿੱਤੀਗੀ ਉਦੋਂ ਵੀ ਉਹਨਾਂ ਨੇ ਬਹੁਤ ਹਲੀਮੀ ਦਿਖਾਈ ਹਾਂ ਬਿਲਕੁਲ ਮੈਂ ਉਹੀ ਕਹਿ ਰਿਹਾ ਨਾ ਕਿ ਪਿਛਲੇ ਤੁਸੀਂ ਅਗਰ 7-8 ਸਾਲ ਤੋਂ ਜਾਂ ਉਦੋਂ ਵੀ ਪਹਿਲਾਂ ਤੋਂ 10 ਸਾਲ ਤੋਂ ਦੇਖ ਰਿਹਾ ਹਾਂ ਤਾਂ ਤਨੂੰ ਲੱਗੂਗਾ ਵੀ ਉਹਨਾਂ ਨਾਲ ਹਮੇਸ਼ਾ ਹੀ ਤਕਾ ਹੁੰਦਾ ਰਿਹਾ ਜਦੋਂ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵਿੱਚ ਆਪਸੀ મતભੇਦ ਸੀ ਜ਼ਿਆਦਾ ਤਾਂ ਦੋਨਾਂ ਨੂੰ ਹਟਾਤਾ ਪਾਰਟੀ ਹਾਈ ਕਮਾਂਡ ਨੇ ਮਤਲਬ ਜਾਖੜ ਨੂੰ ਵੀ ਹਟਾਤਾ ਜਦਕਿ ਜਾਖੜ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਸੀ ਜਾਖੜ ਤੋਂ ਲੀਡਰ ਆਪੋਜੀਸ਼ਨ ਤੁਸੀਂ ਲੈ ਲਿਆ ਤੇ ਉਹਨਾਂ ਤੋਂ ਪ੍ਰਤਾਪ ਬਾਜਵਾ ਤੋਂ ਤੁਸੀਂ ਪ੍ਰਧਾਨਗੀ ਲੈ ਲਈ ਉੱਥੇ ਵੀ ਉਸੇਵੇਂ ਉਦੋਂ ਹੋਇਆ ਜਦੋਂ ਇਹਨਾਂ ਨੂੰ ਪ੍ਰਤਾਪ ਬਾਜਵਾ ਹਰ ਨੂੰ ਤਾਂ ਫਿਰ ਵੀ ਤੁਸੀਂ ਰਾਜ ਸਭਾ ਦੇ ਦਿੱਤੀ ਕਮੋਡੀਟ ਕਰਤਾ ਇਹਨਾਂ ਨੂੰ ਤਾਂ ਕੁਝ ਮਿਲਿਆ ਹੀ ਨਹੀਂ ਇਹ ਬਿਲਕੁਲ ਔਨ ਰੋਡ ਹੋ ਗਏ ਫਿਰ ਨਵੇਂ ਸਿਰੇ ਤੋਂ ਬਾਅਦ ਜਦੋਂ ਹੁਣ ਦੀ ਚੀਫ ਮਿਨਿਸਟਰਸ਼ਿਪ ਦੀ ਗੱਲ ਆਈ ਸੀਗੀ ਸਾਰੇ ਚਾਹੁੰਦੇ ਸੀਗੇ ਕਿ ਉਹਨਾਂ ਨੂੰ ਬਣਾਇਆ ਜਾ 42 ਐਮ ਐਲ ਏ ਨੇ ਕਿਹਾ ਕਿ ਜਾਕਰ ਸਾਹਿਬ ਵਰਗੇ ਬੰਦੇ ਕਿਉਂਕਿ ਉਹ ਸਭ ਨੂੰ ਨਾਲ ਲੈ ਕੇ ਚੱਲ ਸਕਦੇ ਨੇ ਤਾਂ ਤੁਸੀਂ ਉਹ ਵੀ ਇਗਨੋਰ ਕੀਤਾ ਔਰਥੇ ਉਹਨਾਂ ਨੂੰ ਔਰ ਇਹ ਜਆ ਬੰਦੇ ਨੂੰ ਤੁਸੀਂ ਚੀਫ ਮਿਨਿਸਟਰ ਬਣਾਇਆ ਜਿਹੜਾ ਲਾਈਨ 'ਚ ਹੀ ਨਹੀਂ ਸੀ ਮਤਲਬ ਤਾਂ ਬੰਦੇ ਨੂੰ ਫਿਰ ਬੰਦਾ ਔਰ ਫਿਰ ਉੱਥੇ ਕਿਹਾ ਗਿਆ ਇਹ ਕਿ ਕੋਈ ਪੱਗ ਵਾਲਾ ਬੰਦਾ ਹੋਣਾ ਚਾਹੀਦਾ ਤੇ ਉਹਨਾਂ ਨੇ ਵੀ ਤਾਂ ਇਹੀ ਕਿਹਾ ਵੀ ਕਾਂਗਰਸ ਦੀ ਇਹ ਹੈ ਜਿਹੜੀ ਪਾਲਿਸੀ ਨਹੀਂ ਹੈ ਕਿ ਉਹ ਕਿਸੇ ਸਿੱਖ ਨੂੰ ਦੇਖ ਕੇ ਜਾਂ ਹਿੰਦੂ ਨੂੰ ਦੇਖ ਕੇ ਕਿਉਂਕਿ ਕਾਂਗਰਸ ਦਾ ਹੈ ਕਿ ਉਹ ਧਰਮ ਨਿਰਪੇਖ ਪਾਰਟੀ ਹੈ ਇਹੀ ਉਹਦਾ ਮੋਟੋ ਹੈ ਤੇ ਤੁਸੀਂ ਲੇਕਿਨ ਕੰਮ ਦੂਜੇ ਕਰ ਰਹੇ ਹੋ ਇਹ ਜੀ ਉਹਨਾਂ ਨੇ ਕਿਹਾ ਸੀ ਜਿਹਨੂੰ ਲੈ ਕੇ ਆਉਗਾ ਕਿ ਨਹੀਂ ਜੀ ਉਹ ਸਾਰੇ ਹਿੰਦੂ ਨਰਾਜ਼ ਕਰਤੇ ਸਾਰੇ ਇਹ ਨਰਾਜ਼ ਕਰਤੇ ਇਹ ਮੈਨੂੰ ਲੱਗਾ ਕਿ ਇੱਥੇ ਜਿਹੜਾ ਜੇ ਜਿਹੜਾ ਜੇ ਅ ਅਨੁਸ਼ਾਸਨ ਕਮੇਟੀ ਨੇ ਇਹ ਕਿਹਾ ਹੈ ਅਗਰ ਜਾਖੜ ਸਾਹਿਬ ਵਰਗੇ ਬੰਦੇ ਨੂੰ ਦੇ ਲਈ ਕਿਹਾ ਤਾਂ ਇਹ ਕਾਂਗਰਸ ਲਈ ਬਹੁਤ ਵੱਡੀ ਤਰਾਸਦੀ ਹੈ ਬੜੀ ਚਿੰਤਾ ਦਾ ਵਿਸ਼ਾ ਹੈ ਉਹ ਦੇਖੋ ਥੋੜੇ ਦਿਨਾਂ ਬਾਅਦ ਚਿੰਤਨ ਸ਼ਿਵਰ ਹੈ ਤੁਸੀਂ ਉੱਥੇ ਇਹ ਗੱਲ ਇਹਨਾਂ ਗੱਲਾਂ ਤੇ ਚਿੰਤਾ ਕਰਨੀ ਹੈ ਉਸ ਤੋਂ ਪਹਿਲਾਂ ਜਿਹੜਾ ਬੰਦਾ ਪਾਰਟੀ ਲਈ ਖੜਿਆ ਹੋਇਆ ਉਸ ਨੂੰ ਤੁਸੀਂ ਪਹਿਲਾਂ ਕਹੋਗੇ ਕਿ ਨਹੀਂ 2 ਮਹੀਨੇ ਦਾ ਹਾਈ ਕਮਾਂਡ ਦਾ ਵੀ ਕਹਿ ਸਕਦੇ ਆ ਕਿ ਹਾਈ ਕਮਾਂਡ ਵਿੱਚ ਵੀ ਕਿਤੇ ਨਾ ਕਿਤੇ ਉਸ ਤਰੀਕੇ ਨਾਲ ਮਸਲੇ ਹੱਲ ਨਹੀਂ ਕਰ ਪਾਈ ਤਾਂ ਜੋ ਇਸ ਮਸਲੇ ਨੂੰ ਹੋਰ ਜ਼ਿਆਦਾ ਜਿਹੜਾ ਹਾਈਪ ਦਿੱਤੀ ਗਈ ਅਸਲ 'ਚ ਨਾ ਕਾਂਗਰਸ ਇੱਕ ਨਾ ਟਰਾਂਸਫਾਰਮੇਸ਼ਨ ਦੇ ਦੌਰ ਦੇ ਵਿੱਚ ਹੈ ਹਮ ਮਤਲਬ ਪੁਰਾਣੇ ਕੱਢ ਨਹੀਂ ਪਾਰੇ ਨਵੇਂ ਆ ਨਹੀਂ ਪਾਰੇ ਉਹ ਇੱਕ ਜਿਹੜਾ ਦੌਰ ਜਾਂ ਹੁੰਦਾ ਨਾ ਕਿ ਪ੍ਰਾਣੀਆਂ ਕੋਈ ਕੁਝ ਲੀਡਰ ਜਿਹੜੇ ਜ਼ਿਆਦਾ ਹਾਵੀ ਵੀ ਹੋ ਰਹੇ ਹਨ ਉਹ 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 ਕੁਝ ਸ਼ੁਰੂ ਤੋਂ ਹੀ ਹਾਵੀ ਹੁੰਦੇ ਨੇ ਸਾਰੀ ਸੱਤਾ ਆਲਰੇਡੀ ਉਹਨਾਂ ਨੇ ਜਿਹੜੀ ਇਹ ਮਤਲਬ ਆਪਣੀ ਕੀ ਕਹਿੰਨਾ ਐ ਇੰਜੋਏ ਕੀਤੀ ਹੁੰਦੀ ਹੈ ਉਹਨਾਂ ਨੂੰ ਲੱਗਦਾ ਵੀ ਸਾਡੇ ਤੋਂ ਵੱਧਦਾ ਕੋਈ ਹੈ ਹੀ ਨਹੀਂ ਤਾਂ ਉਹ ਜਿਹੜੀ ਉਹ ਛੱਡਣਾ ਨਹੀਂ ਚਾਹੁੰਦੇ ਮਤਲਬ ਉਹ ਬਣੀ ਰਹਿਣਾ ਚਾਹੁੰਦੇ ਕਿਸੇ ਕਿਸੇ ਤਰ੍ਹਾਂ ਦੇ ਰੂਪ ਚ ਬਣਾ ਕੇ ਰੱਖੋ ਉਹਨਾਂ ਨੂੰ ਪਾਰਟੀ ਬਣੀ ਰਵੇ ਨਾ ਰਵੇ ਪਰ ਉਹਨਾਂ ਨੇ ਕਿ ਐਸੀ ਬਣੀ ਰਹੀਏ ਹਾਂ ਪਰ ਦੂਜੇ ਪਾਸੇ ਜਿਹੜਾ ਯੰਗ ਲੋਟ ਹੈ ਉਹਨੂੰ ਤੁਸੀਂ ਸਪੇਸ ਹੀ ਨਹੀਂ ਦਿੰਦੇ ਬਿਲਕੁਲ ਵੀ ਤਾਂ ਉਹਦੇ ਵਿੱਚ ਕੀ ਹੋ ਰਿਹਾ ਕਿ ਯੰਗ ਤੁਹਾਡੇ ਕੋਲ ਅੱਛਾ-ਅੱਛੇ ਜਿਹੜੇ ਲੀਡਰ ਤੁਹਾਡੇ ਹੀ ਸੀਗੇ ਉਹ ਬਾਹਰ ਚਲੇ ਗਏ ਆ ਮਤਲਬ ਸਿੰਧਿਆ ਸਾਹਿਬ ਵਰਗੇ ਬੰਦੇ ਬਾਹਰ ਚਲੇ ਗਏ ਨਾ ਜਤਿੰਦਰ ਪ੍ਰਸਾਦ ਵਰਗੇ ਬੰਦੇ ਬਾਹਰ ਚਲੇ ਗਏ ਇਹ ਜੇ ਲੋਕ ਉਹ ਸੀ ਜਿਨ੍ਹਾਂ ਨੇ ਆਉਣ ਵਾਲੇ ਟਾਈਮ 'ਚ ਪਾਰਟੀ ਨੂੰ ਟੇਕਓਵਰ ਕਰਨਾ ਸੀਗਾ ਤੁਸੀਂ ਉਹਨਾਂ ਨੂੰ ਸਪੇਸ ਹੀ ਨਹੀਂ ਦੇ ਰਹੇ ਤੇ ਬੁੱਢੇ ਛੋੜ ਨਹੀਂ ਰਹੇ ਉਸ ਕਸ਼ਮਕਸ਼ਮ 'ਚ ਅਸਲ 'ਚ ਪਾਰਟੀ ਬਹੁਤ ਨਾ ਫਸੀ ਹੋਈ ਹੈ ਕਿ ਕੀ ਕੀਤਾ ਜਾਏ ਇਹ ਸਥਿਤੀ ਬਿਲਕੁਲ ਉਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ ਤੁਸੀਂ ਕਹਿੰਦੇ 2014 ਦੇ ਵਿੱਚ ਜਦੋਂ ਭਾਜਪਾ ਚ ਅਡਵਾਨੀ ਵਰਸਸ ਅਗਲੀ ਪੀੜ੍ਹੀ ਸੀ ਤਾਂ ਅਡਵਾਨੀ ਸਾਹਿਬ ਵੀ ਨਹੀਂ ਜਾਣਾ ਚਾਹੁੰਦੇ ਸੀ ਤਾਂ ਉੱਥੇ ਤਾਂ ਇੱਕ ਥਿੰਕ ਟੈਂਕ ਹੈਗਾ ਉਹਨਾਂ ਚ ਆਰਐਸਐਸ ਵਰਗਾ ਕਿ ਉਹਨਾਂ ਨੇ ਉਹਨਾਂ ਨੂੰ ਮਨਾ ਲਿਆ ਕਿ ਨਹੀਂ ਹੁਣ ਤੁਹਾਨੂੰ ਦੋ ਵਾਰੀ ਚਾਂਸ ਦਿੰਦਾ 2004 ਚ ਵੀ ਤੁਹਾਨੂੰ ਚਾਂਸ ਦਿੱਤਾ 9 ਚ ਵੀ ਚਾਂਸ ਦਿੱਤਾ ਤਾਂ ਹੁਣ ਮਤਲਬ ਅਗਲੇ ਬੰਦੇ ਨੂੰ ਚਾਂਸ ਦੋ ਤਾਂ ਉੱਥੇ ਤਾਂ ਉਹ ਚਲੋ ਬਾਹਰ ਬੈਠ ਗਏ ਲੇਕਿਨ ਇੱਥੇ ਇਹ ਚੀਜ਼ ਇਹ ਹੱਲ ਨਹੀਂ ਹੋ ਪਾ ਰਹੀ ਹੁਣ ਅੱਜ ਦੀ ਡੇਟ 'ਚ ਤੁਸੀਂ ਦੇਖੋ ਰਾਹੁਲ ਗਾਂਧੀ ਅਦਰਵਾਈਜ਼ ਕੁਝ ਨਹੀਂ ਪਾਰਟੀ 'ਚ ਲੇਕਿਨ ਸਭ ਕੁਝ ਹੀ ਪਾਰਟੀ ਸਭ ਕੁਝ ਹੀ ਨਾ ਤਾਂ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਨਾ ਉਹ ਪਾਰਟੀ ਨੂੰ ਸਟੇਬਲ ਨਹੀਂ ਹੋਣ ਦੇ ਰਹੀਆਂ ਜਾਂ ਤਾਂ ਤੁਸੀਂ ਇਹ ਕਰੋ ਠੀਕ ਹੈ ਫਿਰ ਉਹਦੋਂ ਜਾਖੜ ਬਸਾ ਵਰ ਕੇ ਬੰਦੇ ਕੱਢਣੇ ਆ ਤੇ ਕੱਢ ਦੋ ਤਾਂ ਫਿਰ ਹੋਰ ਜਿੰਨਾ ਵੀ ਬੁੱਢਾ ਜਾਂ ਲਾਟ ਹੋ ਰਿਹਾ ਉਹਨੂੰ ਵੀ ਕੱਢ ਦੋ ਤੁਸੀਂ ਕਹੋ ਵੀ ਭਾਈ ਹੁਣ ਅਸੀਂ ਯੰਗ ਬੱਤੇ ਬੱਚੇ ਲਿਆਏ ਇਹ ਹੀ ਚਲਾਣਗੇ ਪਾਰਟੀ ਡੁੱਬੇ ਤਰੇ ਜੋ ਵੀ ਹੋਏ ਲੇਕਿਨ ਇਹ ਚਲਾਣਗੇ ਤਾਂ ਤੱਕ ਸਮਝ ਆ ਜਾਏਗੀ ਕਿ ਯਾਰ ਤੁਹਾਡੀ ਲਾਈਨ ਇਹ ਹੈ ਤੁਸੀਂ ਇਸ ਦਿਸ਼ਾ ਵੱਲ ਜਾਣਾ ਤੁਸੀਂ ਕਲੀਅਰ ਹੋਗੇ ਤੁਸੀਂ ਕਲੀਅਰਟੀ ਹੈ ਲੇਕਿਨ ਇੱਥੇ ਉਹ ਵੀ ਨਹੀਂ ਹੋ ਰਿਹਾ ਇੱਥੇ ਨਾ ਤਾਂ ਕਲੀਅਰਟੀ ਹੋ ਰਹੀ ਹੈ ਤੇ ਨਾ ਹੀ ਮਤਲਬ ਤੁਹਾਡੇ ਮਤਲਬ ਕੀ ਨਾ ਮੈਂ ਤੁਸੀਂ ਉਹ ਕਰ ਪਾ ਰਹੇ ਹੋ ਕਿ ਉਹ ਵੀ ਰੱਖ ਲਿਆ ਜਾਏ ਤੇ ਉਹ ਵੀ ਰੱਖ ਹਾਂ ਮੁਦਦੇ ਹੱਲ ਨਹੀਂ ਕਰ ਰਹੇ ਹਾਂ ਇਹ ਕਰਕੇ ਜਿਹੜਾ ਇਹ ਮੈਨੂੰ ਲੱਗਦਾ ਵੀ ਅਗਰ ਜਾਖੜ ਸਾਹਵਰ ਕੇ ਬੰਦੇ ਨੂੰ ਵੀ ਅਗਰ ਪਾਰਟੀ ਬਾਹਰ ਦਾ ਰਸਤਾ ਦਿਖਾਉਂਦੀ ਹੈ ਤਾਂ ਇਸ ਤੋਂ ਵੱਡੀ ਤਰਾਸ ਦੀ ਪਾਰਟੀ ਦੀ ਹੋਰ ਨਹੀਂ ਹੋ ਸਕਦੀ ਕਿਉਂਕਿ ਪਾਰਟੀ ਖੁਦ ਹੀ ਇਸ ਟਾਈਮ ਅਗੇ ਬਹੁਤ ਵੱਡੇ ਕ੍ਰਾਈਸਿਸ 'ਚ ਹੈ हां बिल्कुल क्योंकि कांग्रेस ਦੇ ਵਿੱਚ ਚੋਣਾਂ ਤੋਂ ਪਹਿਲਾਂ ਦਾ ਜਿਹੜਾ ਕਲੇਸ਼ ਚੱਲ ਰਿਹਾ ਸੀ ਕਾਂਗਰਸ ਨੇ ਉਸ ਨੂੰ ਹੱਲ ਕਰਨ ਲਈ ਮਨ ਲੱਗਾ ਕਿ ਹਰ ਹੱਥ ਕੰਡਾ ਆਪਣਾ ਨਵਜੋਤ ਕੈਪਟਨ ਅਮਨਦੀਪ ਸਿੰਘ ਨੂੰ ਲਾਂਭੇ ਕੀਤਾ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦਿੱਤੀ ਹੋਰ ਬਹੁਤ ਸਾਰੇ ਬਦਲਾ ਦਿੱਤੇ ਪਰ ਪਾਰਟੀ ਦਾ ਕਲੇਸ਼ ਉੱਥੇ ਦਾ ਉੱਥੇ ਹੀ ਬਣ ਰਿਹਾ ਹੈ ਕੋਈ ਨਹੀਂ ਹਜੇ ਤੱਕ ਅਸਮਿਲ ਕੁਮਾਰ ਜਾਖੜ ਜਿਹੜੇ ਨੇ ਉਹ ਕਾਫੀ ਸੂਝਵਾਨ ਜਿਹੜੇ ਉਹ ਮੰਨੇ ਜਾਂਦੇ ਰਹੇ ਨੇ ਹੁਣ ਤੱਕ ਕਿ ਬੋਲਣ ਤੋਂ ਪਹਿਲਾਂ ਵੀ ਬਹੁਤ ਵਾਰ ਸੋਚਦੇ ਨੇ ਸੋ ਦੇਖਣਾ ਹੋਵੇਗਾ ਕਿ ਹਾਈ ਕਮਾਂਡ ਵੱਲੋਂ ਕੀ ਇਸ ਉੱਤੇ ਕੀਤਾ ਜਾਂਦਾ ਹੈ ਅ ਸਮਾਗਟ ਪਰ ਅਸੀਂ ਜਾਂਦੇ ਜਾਂਦੇ ਇੱਕ ਹੋਰ ਮਸਲੇ ਤੇ ਜਿਹੜਾ ਉਹ ਡਿਸਕਸ ਕਰ ਲੈਣੇ ਆ ਕਿਉਂਕਿ ਅ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਉਹਨਾਂ ਦਾ ਇੱਕ ਬਿਆਨ ਆਇਆ ਉਹਨਾਂ ਬਾਰੇ ਜਰੂਰ ਸਮਝਣਾ ਚਾਹਾਂਗੇ ਕਿ ਉਸ ਬਿਆਨ ਦੇ ਤੁਸੀਂ ਮਾਇਨੇ ਕੀ ਘੜਦੇ ਹੋ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਆਪਣੀ ਫਸਲ ਖੁਦ ਨਹੀਂ ਖਾਂਦਾ ਵੇਚਦਾ ਹੈ ਇਸ ਨੂੰ ਕਿਵੇਂ ਦੇਖਦੇ ਨਹੀਂ ਮੈਂ ਦੇਖੋ ਜਿਹੜਾ ਉਹਨਾਂ ਨੇ ਕਿਹਾ ਉਹ ਠੀਕ ਹੈ ਲੇਕਿਨ ਮੈਂ ਪੂਰੀ ਤਰ੍ਹਾਂ ਉਹਨਾਂ ਨਾਲ ਇਸ ਕਰਕੇ ਸਹਿਮਤ ਨਹੀਂ ਕਿ ਮੈਂ ਬਹੁਤੇ ਕਿਸਾਨਾਂ ਨੂੰ ਇਦਾਂ ਦਾ ਨਹੀਂ ਦੇਖਿਆ ਬਹੁਤ ਥੋੜੇ ਕਿਸਾਨ ਨੇ ਇਸ ਤਰ੍ਹਾਂ ਦੇ ਕਿ ਜਿਹੜੇ ਠੀਕ ਹੈ ਕਿ ਖੁਦ ਉਹਨਾਂ ਨੂੰ ਇਹ ਸਮਝ ਆ ਰਹੀ ਹੈ ਟਾਈਮ ਨਾਲ ਕਿ ਉਹਨਾਂ ਦੇ ਪਰਿਵਾਰਾਂ 'ਚ ਜਿਆਦਾ ਮਿਸ ਹੈਪਨਿੰਗਸ ਹੋ ਚੁੱਕੀਆਂ ਹਨ ਕੈਂਸਰ ਵਰਗੀਆਂ ਬਿਮਾਰੀਆਂ ਆ ਚੁੱਕੀਆਂ ਹਨ ਮਤਲਬ ਜਿਹੜਾ ਕੈਮੀਕਲ ਜਿਹੜਾ ਜਿਆਦਾ ਯੂਜ਼ ਕਰਨ ਕਰਕੇ ਇਹ ਚੀਜ਼ਾਂ ਆਈਆਂ ਨੇ ਉਹਦੇ ਕਰਕੇ ਹੋ ਸਕਦਾ ਕਿ ਕੁਝ ਥੋੜੇ ਬਹੁਤ ਵੱਡੇ ਕਿਸਾਨਾਂ ਨੇ ਇਸ ਤਰ੍ਹਾਂ ਦਾ ਕਰ ਲਿਆ ਹੋਵੇ ਕਿ ਹਾਂ ਉਹ ਆਪਣੀ ਖਾਣ ਦੇ ਲਈ ਥੋੜੀ ਮਹਿੰਗਾ ਆਰਗੇਨਿਕ ਖੇਤੀ ਦਾ ਤੁਸੀ ਲੱਗ ਰਹੇ ਲੇਕਿਨ ਜਿਹੜੇ ਛੋਟੇ ਕਿਸਾਨ ਨੇ ਜਾਂ ਮੱਧ ਵਰਗੀ ਕਿਸਾਨ ਨੇ ਉਹਨਾਂ ਕੋਲ ਤਾਂ ਇੰਨੀ ਕੈਪੈਸਿਟੀ ਹੀ ਨਹੀਂ ਹੈ ਕਿ ਉਹ ਆਪਣੇ ਲਈ ਅਲੱਗ ਖੇਤੀ ਕਰਨ ਤੇ ਦੂਜੇ ਲਈ ਅਲੱਗ ਕਰਤੀ ਕਰਨ ਇਸ ਤਰ੍ਹਾਂ ਦੀ ਕਪੈਸਿਟੀ ਉਹਨਾਂ 'ਚ ਹੈ ਨਹੀਂ ਹੈ ਪਰ ਜਿਹੜਾ ਕ੍ਰਾਈਸਿਸ ਦੇ ਉੱਤੇ ਉਹ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਤੋਂ ਉਮਰ ਸਾਹਿਬ ਨੇ ਉਹ ਕ੍ਰਾਈਸਿਸ ਵੱਡਾ ਹੈ ਕਿ ਇਹ ਬਿਲਕੁਲ ਠੀਕ ਹੈ ਕਿ ਅੱਜ ਦੀ ਡੇਟ 'ਚ ਤੁਸੀਂ ਦੇਖੋ ਜਦੋਂ ਵਰਲਡ-ਓਵਰ ਇੰਨੀ ਡਿਮਾਂਡ ਹੈ ਮਤਲਬ ਵੀਟ ਦੀ ਖਾਸ ਤੌਰ ਤੇ ਜਿਹੜਾ ਰਸ਼ੀਆ ਤੇ ਯੂਕਰੇਨ ਦੇ ਯੁੱਧ ਤੋਂ ਬਾਅਦ ਪੈਦਾ ਹੋਈ ਹੈ ਡਿਮਾਂਡ ਇਹ ਉਹਦੇ ਵਿੱਚ ਬਹੁਤ ਸਾਰਾ ਵੀਟ ਜਿਹੜਾ ਹੈਗਾ ਬਾਹਰ ਗਿਆ ਹੈ ਪਰ ਉਹਦੇ ਵਿੱਚ ਪੰਜਾਬ ਤੋਂ ਨਹੀਂ ਗਿਆ ਮਤਲਬ ਪੰਜਾਬ ਐਕਸਪੋਰਟ ਵਾਲੀ ਸਥਿਤੀ 'ਚ ਨਹੀਂ ਹੈਗਾ ਜਦਕਿ ਮੈਨੂੰ ਲੱਗਦਾ ਕਿ ਇਹ ਸਥਿਤੀ ਇਸ ਤਰ੍ਹਾਂ ਦੀ ਸੀ ਜਿੱਥੇ ਪੰਜਾਬ ਦੇ ਲੋਕ ਕੁਆਲਿਟੀ ਦੇ ਅger ਉੱਪਰ ਕੰਮ ਕਰਦੇ ਤਾਂ ਮੈਨੂੰ ਲੱਗਦਾ ਕਿ ਅੱਜ ਫਿਰ ਸਾਨੂੰ 2000 ਐਮਐਸਪੀ ਦੇ ਉੱਤੇ ਕਣਕ ਨਹੀਂ ਵੇਚਣੀ ਪੈਣੀ ਸੀ ਅਸੀਂ ਮਨ ਚਾਹੀ ਕੀਮਤ ਤੇ ਵੇਚ ਸਕਦੇ ਸੀ ਇਸ ਤਰ੍ਹਾਂ ਦੀ ਸਥਿਤੀ ਸੀ ਲੇਕਿਨ ਇਹ ਮੌਕਾ ਗਵਾਤਾ ਹੈ ਅਸੀਂ ਔਰ ਅਸੀਂ ਇਸੇ ਮੰਚ ਤੋਂ ਹੀ ਮੈਂ ਤੁਹਾਨੂੰ ਕਈ ਵਾਰੀ ਮੈਂ ਕਹਿ ਚੁੱਕਿਆ ਵੀ ਫਾਰਮਰਜ਼ ਨੂੰ ਹੁਣ ਕੁਆਂਟੀਟੀ ਦੇ ਨਹੀਂ ਕੁਆਲਿਟੀ ਦੇ ਕੰਮ ਕਰਨਾ ਪਊਗਾ ਚਾਹੇ ਉਹ ਆਪਣੇ ਲਈ ਕਰੇ ਆਪਣੇ ਆਲੇ ਦੁਆਲੇ ਲਈ ਕਰੇ ਚਾਹੇ ਕਿਸੇ ਵੀ ਹੋਰ ਲਈ ਕਰੇ ਉੱਥੇ ਹੀ ਨਾਲ ਦੀ ਨਾਲ ਦੋਨੋਂ ਚੀਜ਼ਾਂ ਨਾਲ ਦੀ ਨਾਲ ਜਿਹੜੇ ਕੰਜ਼ਿਊਮਰ ਹੈਗੇ ਆ ਉਹਨਾਂ ਨੂੰ ਵੀ ਇਹ ਚੀਜ਼ ਸਮਝਣੀ ਪਊਗੀ ਕਿ ਉਹ ਬਾਕੀ ਜਿੱਥੇ ਵਧੀਆ-ਵਧੀਆ ਚੀਜ਼ਾਂ ਦੇ ਉੱਤੇ ਬਹੁਤ ਪੈਸਾ ਖਰਚ ਕਰਦੇ ਆ ਔਰ ਦੇਖਦੇ ਤੱਕ ਨਹੀਂ ਵੀ ਉਹ ਮਹਿੰਗਾ ਹੈ ਜਾਂ ਸਸਤਾ ਤੁਸੀਂ ਅੱਜ ਮੋਬਾਈਲ ਬਾਜ਼ਾਰ ਚ ਮੋਬਾਈਲ ਖਰੀਦਣ ਚਲੇ ਜਾਓ ਤਾਂ ਤੁਸੀਂ 15 ਦੀ بجائے 20 ਵਾਲਾ ਵੀ ਲੈ ਲੈਣੇ ਹੋ ਮੇਜਾ ਉਹ ਤਾਂ ਤੁਸੀਂ ਬਿਲਕੁਲ ਨਹੀਂ ਦੇਖਦੇ ਵੀ ਇਹ 20 ਵਾਲਾ ਜਿਹੜਾ ਮੋਬਾਈਲ 2000 ਰੁਪਏ ਦਾ ਜੀ ਖਰੀਦ ਰਹੇ ਆ ਇਹਦੀ 19 ਵਰਤ ਹੈ ਵੀ ਹੈ ਕਿ ਨਹੀਂ ਹੈ ਪਰ ਦੇਖਾ ਦੇਖੀ ਅਸੀਂ ਉਹ ਖਰੀਦੀ ਜਾ ਰਹੇ ਆ ਤਾਂ ਉਸ ਚ ਜਦੋਂ ਫਿਰ ਅਸੀਂ ਆਰਗੈਨਿਕ ਆਈਟਮਸ ਦੀ ਗੱਲ ਕਰਦੇ ਆ ਕਿ ਇਹ ਆਈਟਮ ਮਤਲਬ 5 ਰੁਪਏ ਜਾਂ 10 ਰੁਪਏ 20 ਰੁਪਏ ਮਹਿੰਗੀ ਹੈ ਤਾਂ ਉੱਥੇ ਅਸੀਂ ਫਿਰ ਪੈਸਾ ਦੇਖਣ ਲੱਜਨੇ ਆ ਕੀ ਮਹਿੰਗੀ ਚੀਜ਼ ਅਸੀਂ ਖਰੀਦੀਏ ਕਿ ਨਾ ਖਰੀਦੀਏ ਤਾਂ ਉੱਥੇ ਮੈਨੂੰ ਲੱਗਦਾ ਵੀ ਇਹ ਕੰਜ਼ਿਊਮਰ ਨੂੰ ਵੀ ਛੋੜਨਾ ਪਊਗਾ ਉਹਨੂੰ ਫਾਰਮਰ ਨੂੰ ਉਹਦੀ ਜਿਹੜੀ ਵੀ ਚੀਜ਼ ਉਹ ਉਗਾ ਰਿਹਾ ਹੈ ਉਹਦਾ ਸਹੀ ਮੁੱਲ ਅਗਰ ਦਊਗਾ ਤਾਂ ਜਾਦਾ ਫਾਰਮਰ ਫਿਰ ਜਿਹੜੇ ਹੈਗੇ ਆ অর্ਗੈਨਿਕ অর্ਗੈਨਿਕ ਟੀਵਾ ਜਾਣਗੇ ਔਰ ਜਿਹੜਾ ਤੋਮਰ ਸਾਹਿਬ ਨੇ ਅੱਜ ਕਿਹਾ ਤਾਂ ਮੈਨੂੰ ਲੱਗਦਾ ਵੀ ਹੋ ਹੋ ਸਕਦਾ ਕਿ ਟਾਈਮ ਆ ਕੇ ਉਹਨਾਂ ਦਾ ਬਿਆਨ ਇਹ ਝੂਠਾ ਸਾਬਿਤ ਹੋ ਜੇ ਫਿਰ ਤਾਂ ਸਾਰੇ ਲਈ ਉਗਾਰਨ ਪਰ ਅੱਜ ਜੋ ਉਹਨਾਂ ਨੇ ਕਿਹਾ ਹੈ ਕੀ ਪੰਜਾਬ ਦਾ ਕਿਸਾਨ ਵੇਚਦਾ ਦੂਸਰੇ ਵਾਸਤੇ ਉਹ ਠੀਕ ਹੈ ਬਿਲਕੁਲ ਇਹਦੇ ਵਿੱਚ ਧੰਨਵਾਦ ਸਾਰੀ ਵਿਚਾਰ ਚਰਚਾ ਚੱਲੀ ਸੈਸ਼ਨ ਅੱਜ ਦੇ ਕੋਈ ਹੈ ਮੇਰੇ ਫਿਰ ਹਾਜ਼ਰ ਹੋਵਾਂਗੇ ਤੁਸੀਂ ਇੱਕ ਜ਼ਰੂਰ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ